ਸੋ ਕੈਨੇਡਾ ਸਟੱਡੀ ਵੀਜ਼ਾ ਬਹੁਤ ਸਾਰੇ ਬੱਚੇ ਲਗਾਤਾਰ ਅਪਲਾਈ ਕਰ ਰਹੇ ਆ, ਕਨਫਿਊਜ਼ ਨੇ ਕਈ ਬੱਚੇ, ਜਿਹਨੇ ਕਨਫਿਊਜ਼ ਤਾਂ ਨਹੀਂ ਮੈਂ ਕਹੂੰਗਾ, ਬਟ ਹਰ ਬੱਚੇ ਨੂੰ ਆਹ ਟੈਨਸ਼ਨ ਹੁੰਦੀ ਹੈ ਯਾਰ ਟਾਈਮ ਕਿੰਨਾ ਲੱਗੂਗਾ ਵੀਜ਼ਾ ਆਉਣ 'ਚ। ਜਿਹਨੇ ਹਜੇ ਐਪਲੀਕੇਸ਼ਨ ਵੀ ਸ਼ੁਰੂ ਨਹੀਂ ਕੀਤੀ ਹੁੰਦੀ, ਕਾਲਜ ਵੀ ਸਿਲੈਕਟ ਨਹੀਂ ਕੀਤਾ ਹੁੰਦਾ, ਉਹ ਵੀ ਇਸ ਸਵਾਲ ਨੂੰ ਲੈ ਕੇ ਅਕਸਰ ਸੋਚਦਾ ਰਹਿੰਦਾ ਕਿਉਂਕਿ ਕੋਵਿਡ 'ਚ ਕੈਨੇਡਾ ਨੇ ਡਰਾ ਹੀ ਇੰਨਾ ਕੁ ਦਿੱਤਾ। ਬਟ ਅੱਜ ਦੇ ਸਮੇਂ 'ਚ ਮਾਹੌਲ ਉਹ ਨਹੀਂ ਹੈਗਾ। ਸੋ ਕੀ ਐਗਜੈਕਟਲੀ ਪ੍ਰੋਸੈਸ ਟਾਈਮ ਲੱਗ ਰਿਹਾ ਉਹਦੇ ਉੱਤੇ ਤੁਹਾਨੂੰ ਡਿਟੇਲ 'ਚ ਦੱਸਾਂਗਾ। ਕੈਨੇਡਾ ਦੇ ਵਿੱਚ ਪ੍ਰੋਸੈਸ ਆਪਣਾ ਸ਼ੁਰੂ ਹੋ ਜਾਂਦਾ ਔਨਲਾਈਨ ਫਾਈਲ ਲਾਉਣ ਤੋਂ, ਬਟ ਇਹਦੇ ਨਾਲ ਤੁਹਾਡੀ ਫਾਈਲ ਦੇ ਉੱਤੇ ਕੰਮ ਸ਼ੁਰੂ ਨਹੀਂ ਹੁੰਦਾ। ਕੈਨੇਡਾ ਦੀ ਐਮਬੈਸੀ 'ਚ ਫਾਈਲ 'ਤੇ ਕੰਮ ਉਦੋਂ ਸ਼ੁਰੂ ਹੁੰਦਾ ਜਦੋਂ ਤੁਹਾਡੇ ਬਾਇਓਮੈਟ੍ਰਿਕਸ ਹੋ ਜਾਂਦੇ ਨੇ। ਸੋ ਜਦੋਂ ਤੁਸੀਂ ਔਨਲਾਈਨ ਸਬਮਿਟ ਕਰਦੇ ਹੋ, ਉਹ ਤੋਂ 48 ਤੋਂ 72 ਘੰਟੇ ਦੇ ਬਾਅਦ ਇੱਕ ਇਨਵੀਟੇਸ਼ਨ ਆ ਜਾਂਦਾ ਬਾਇਓਮੈਟ੍ਰਿਕਸ ਦਾ, ਫਿਰ ਤੁਸੀਂ ਅਪੁਆਇੰਟਮੈਂਟ ਬੁੱਕ ਕਰਦੇ ਹੋ, ਫਿਰ ਬਾਇਓਮੈਟ੍ਰਿਕਸ ਹੁੰਦੇ ਨੇ। ਇਹ ਪ੍ਰੋਸੈਸ ਤੁਹਾਡਾ 1 ਹਫ਼ਤਾ ਲੈ ਜਾਂਦਾ ਔਨ ਐਨ ਐਵਰੇਜ। ਸੋ 1 ਹਫ਼ਤਾ ਇੱਥੇ ਚਲਾ ਗਿਆ। ਉਸ ਤੋਂ ਬਾਅਦ ਜਦੋਂ ਤੁਹਾਡੇ ਬਾਇਓਮੈਟ੍ਰਿਕਸ ਹੋ ਗਏ, ਫਿਰ ਰਿਜ਼ਲਟ ਦੀ ਗੱਲ ਕਰੀਏ ਤਾਂ ਕਈ ਵਾਰ 2 ਦਿਨ 'ਚ ਵੀ ਦੇਖਣ ਨੂੰ ਮਿਲਿਆ, ਪਰ ਐਵਰੇਜਲੀ ਜਿਹੜੀ ਗੱਲ ਕਰਾਂ ਉਹ 2 ਹਫ਼ਤਿਆਂ ਦਾ ਸਮੇਂ ਅੱਜ ਦੇ ਪ੍ਰੈਜੈਂਟ ਟਾਈਮ 'ਚ ਲੱਗ ਰਿਹਾ। ਅਗਰ ਕੋਈ ਵੀ ਫਾਈਲ ਜਮ੍ਹਾਂ ਕਰਾਈ ਜਾ ਰਹੀ ਹੈ, ਤਕਰੀਬਨ 2 ਹਫ਼ਤਿਆਂ ਦੇ ਵਿੱਚ ਉਹਦਾ ਰਿਜ਼ਲਟ ਜਿਹੜਾ ਸਕਸੈਸਫੁਲੀ ਦੇਖਣ ਨੂੰ ਮਿਲ ਰਿਹਾ। ਔਰ ਸਭ ਤੋਂ ਵੱਡੀ ਗੱਲ ਆਇਆ ਕਿ ਕੈਨੇਡਾ 'ਚ ਇਸ ਸਮੇਂ ਸਿਰਫ ਵੀਜ਼ਾ ਦੇਖਣ ਨੂੰ ਮਿਲ ਰਿਹਾ। ਚੰਗੇ ਪ੍ਰੋਫਾਈਲਸ ਹੀ ਜਾ ਰਹੇ ਨੇ, ਚੰਗੇ ਸਕੋਰ ਵਾਲੇ ਬੱਚੇ ਜਾ ਰਹੇ ਨੇ, ਚੰਗੇ ਕਾਲਜਾਂ 'ਚ ਜਾ ਰਹੇ ਨੇ, ਮਾੜਿਆਂ ਦਾ ਸਿਸਟਮ ਬੰਦ ਹੋ ਗਿਆ। ਸੋ ਇਸ ਟਾਈਮ ਵੀਜ਼ੇ ਦਾ ਮਾਹੌਲ ਜ਼ਬਰਦਸਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸੋ ਜਿਨ੍ਹਾਂ ਨੇ ਕੈਨੇਡਾ ਅਪਲਾਈ ਕਰਨਾ ਉਹ ਇਸ ਸਮੇਂ ਨੂੰ ਗਵਾਉਣ ਨਾ। ਔਰ ਜਿੱਦਾਂ ਮੈਂ ਦੱਸਿਆ ਸੀ ਪੁਰਾਣੇ ਸ਼ੋਅਜ਼ ਦੇ ਵਿੱਚ, ਅਗਰ ਤੁਸੀਂ ਦੇਖਿਆ ਹੋਵੇ ਕਿ ਕੈਨੇਡਾ ਹੁਣ ਤੁਸੀਂ ਸਿਰਫ 3 ਲੱਖ ਫੀਸ ਦੇ ਕੇ ਜਾ ਸਕਦੇ ਹੋ। ਜੀ ਹਾਂ, ਸਿਰਫ 3 ਲੱਖ ਫੀਸ ਦੇ ਕੇ ਜਾ ਸਕਦੇ ਹੋ, ਘੱਟ ਪੈਸੇ ਆ ਅਤੇ ਘਬਰਾਉਣਾ, ਬੇਫਿਕਰ ਹੋ ਕੇ ਅਪਲਾਈ ਕਰੋ। 3 ਲੱਖ ਫੀਸ, ਔਰ ਬਾਕੀ ਦੀ ਫੀਸ ਤੁਸੀਂ 7 ਸਾਲ ਦੀਆਂ ਕਿਸ਼ਤਾਂ 'ਚ ਵਾਪਸ ਕਰ ਸਕਦੇ ਹੋ। ਸੋ ਇਸ ਤੋਂ ਸੁਨਹਿਰੀ ਅਤੇ ਵੱਡਾ ਮੌਕਾ ਅਤੇ ਫਾਇਦਾ ਤੁਹਾਨੂੰ ਨਹੀਂ ਮਿਲਣਾ। ਅੱਜ ਹੀ ਬ੍ਰੌਡਵੇ ਦੀ ਟੀਮ ਨੂੰ ਮਿਲੋ, ਡਿਟੇਲ 'ਚ ਇਹ ਸਮਝੋ ਕਿ ਕਿੱਦਾਂ ਇਹ ਫੀਸ ਤੁਸੀਂ 3 ਕੁ ਲੱਖ ਦੇ ਕੇ ਜਾ ਸਕਦੇ ਹੋ, ਔਰ ਉਹਦੇ ਹਿਸਾਬ ਨਾਲ ਆਪਣਾ ਫਿਊਚਰ ਬੇਫਿਕਰ ਹੋ ਕੇ ਤੁਸੀਂ ਪਲੈਨ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।